ਬੱਚੇ ਆਪਣੇ ਮਾਤਾ ਪਿਤਾ ਨੂੰ ਬਾਹਰ ਘੁੰਮਣ ਦੀ ਜ਼ਿੱਦ ਕਰਦੇ ਨੇ, ਪਰ ਕਈ ਵਾਰ ਕੋਈ ਮਜਬੂਰੀ ਹੋਣ ਤੇ, ਮਾਪਿਆਂ ਵੱਲੋਂ ਨਾ ਕਰਨ ਤੇ ਕੁਝ ਬੱਚੇ ਅਜਿਹਾ ਕਦਮ ਚੁੱਕ ਲੈਂਦੇ ਨੇ ਜਿਸ ਨੂੰ ਭੁਗਤਣਾ ਉਹਨਾਂ ਦੇ ਮਾਪਿਆਂ ਨੂੰ ਪੈਂਦਾ ਹੈ। ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਸਰਵਾੜਾ ਤੋਂ ਸਾਹਮਣੇ ਆਇਆ, ਜਿੱਥੇ ਇੱਕ 21 ਸਾਲਾ ਨੌਜਵਾਨ ਆਪਣੇ ਪਰਿਵਾਰ ਨੂੰ ਬਾਹਰ ਘੁੰਮਣ ਦੀ ਜਿੱਦ ਕਰ ਰਿਹਾ ਸੀ ਤੇ ਜਦੋਂ ਪਰਿਵਾਰ ਨੇ ਉਸ ਨੂੰ ਨਾ ਕਰ ਦਿੱਤੀ ਤਾਂ ਉਹ ਨੌਜਵਾਨ ਬਿਨਾਂ ਕਿਸੇ ਨੂੰ ਦੱਸੇ ਘਰੋਂ ਗਾਇਬ ਹੋ ਗਿਆ। ਪਰਿਵਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ, ਜਿਸ ਤੇ ਆਪਣੀ ਕਾਰਵਾਈ ਕਰਦਿਆਂ ਪੁਲਿਸ ਨੇ 21 ਸਾਲਾ ਸ਼ੁਭਮ ਨੂੰ 24 ਘੰਟਿਆਂ ਦੇ ਅੰਦਰ ਹਰਿਦੁਆਰ ਤੋਂ ਲੱਭ ਕੇ ਉਸਦਾ ਮੈਡੀਕਲ ਕਰਵਾਇਆ ਅਤੇ ਫਿਰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਾਇਬ ਹੋਏ ਨੌਜਵਾਨ ਦਾ ਮੋਬਾਈਲ ਫੋਨ ਟਰੇਸ ਕਰ ਉਸ ਨੂੰ ਲੱਭਿਆ ਗਿਆ। ਬੇਸ਼ੱਕ ਅੱਜ ਦੇ ਸਮੇਂ ਹਰ ਇਨਸਾਨ ਰੋਜੀ ਰੋਟੀ ਕਮਾਉਣ ਦੇ ਚੱਕਰ ਵਿੱਚ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਨਹੀਂ ਦਿੰਦਾ, ਜਿਸ ਦੇ ਚਲਦੇ ਉਹ ਆਪਣੇ ਬੱਚਿਆਂ ਵੱਲ ਵੀ ਧਿਆਨ ਨਹੀਂ ਦੇ ਸਕਦੇ। ਸੋ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਆਪਣੇ ਪਰਿਵਾਰ ਨੂੰ ਦੇਵੇ ਤਾਂ ਜੋ ਉਹਨਾਂ ਦੇ ਬੱਚੇ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਤੇ ਚੁੱਕਣ ਤੋਂ ਬਾਅਦ ਤੁਹਾਨੂੰ ਪਛਤਾਵਾ ਹੋਵੇ। ਗਰਬਾਗ ਦਾ ਰਹਿਣ ਵਾਲਾ ਸ਼ੁਭਮ ਇਹਦਾ ਨਾਮ ਹੈ। ਇਹ ਕਨਸੈਪਟ ਕਲਾਸਿਸ ਅਕੈਡਮੀ ਹੈ ਸੈਕਟਰੀਏਟ ਦੇ ਨਾਲ, ਉੱਥੇ ਪਲੱਸ ਵਨ ਦਾ ਇਹ ਵਿਦਿਆਰਥੀ ਹੈ, ਮੈਡੀਕਲ ਦਾ ਸਟੂਡੈਂਟ ਸੀਗਾ। ਇਹ ਬਿਨਾਂ ਦੱਸੇ ਪੁੱਛੇ ਘਰੋਂ ਚਲ ਗਿਆ ਸੀ ਅਤੇ ਪਰਸੋਂ 9 ਤਰੀਕ ਨੂੰ ਇਹ ਗਿਆ ਸੀਗਾ ਅਤੇ ਇਹਦੇ ਘਰਦਿਆਂ ਨੇ ਜਦੋਂ ਸਾਨੂੰ ਸੂਚਨਾ ਦਿੱਤੀ ਤਾਂ ਅਸੀਂ ਇਮੀਡੀਏਟਲੀ ਇਹਦੇ ਕੋਲ ਇੱਕ ਮੋਬਾਈਲ ਸੀਗਾ, ਉਹਦੀ ਲੋਕੇਸ਼ਨ ਟਰੇਸ ਕਰਨੀ ਸ਼ੁਰੂ ਕਰ ਦਿੱਤੀ। ਸਾਨੂੰ ਇਹ ਪਤਾ ਲੱਗਿਆ ਵੀ ਇਹ ਚੰਡੀਗੜ੍ਹ ਦੇ ਰਸਤੇ ਇਹ ਹਰਿਦੁਆਰ ਵਾਲੀ ਸਾਈਡ ਨੂੰ ਜਾ ਰਿਹਾ। ਅਸੀਂ ਪੇਰੈਂਟਸ ਦੇ ਨਾਲ ਆਪਣੀ ਟੀਮ ਭੇਜ ਕੇ ਅਤੇ ਅਸੀਂ ਇਹਨੂੰ ਹਰਿਦੁਆਰ ਤੋਂ ਜਿਹੜਾ ਆ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਹਨੂੰ ਰਿਕਵਰ ਕੀਤਾ। ਰੀਜ਼ਨ ਕੀ ਰਿਹਾ ਕਿਉਂ ਬੱਚਾ? ਰੀਜ਼ਨ ਜਿਹੜਾ ਬੱਚੇ ਨੂੰ ਪੁੱਛਿਆ ਗਿਆ ਜੀ, ਬੱਚਾ ਇਹ ਗੱਲ ਕਹਿੰਦਾ ਹੈ ਕਿ ਪੇਰੈਂਟਸ ਮੈਨੂੰ ਘੁੰਮਾਉਣ ਨਹੀਂ ਲੈ ਕੇ ਜਾਂਦੇ ਅਤੇ ਮੇਰਾ ਘੁੰਮਣ ਨੂੰ ਬਹੁਤ ਦਿਲ ਕਰਦਾ ਸੀ ਅਤੇ ਇਸ ਕਰਕੇ ਮੈਂ ਚਲੇ ਗਿਆ ਸੀ। ਇਸ ਦੌਰਾਨ ਕੋਈ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਜੀ। ਬਕਾਇਦਾ ਉਹਦਾ ਅਸੀਂ ਲਿਆ ਕੇ ਮੈਡੀਕਲ ਕਰਾਇਆ ਅਤੇ ਉਹਨੂੰ ਹੁਣ ਵਾਰਸਾਂ ਦੇ ਹਵਾਲੇ ਜਿਹੜਾ। ਇਹਦੀ ਜਿਹੜੀ ਲੋਕੇਸ਼ਨ ਹੈ ਜੀ, ਇੱਕ ਸਾਡੇ ਕੋਲ ਸਾਈਬਰ ਕ੍ਰਾਈਮ ਵਾਲਿਆਂ ਕੋਲ ਸਿਸਟਮ ਹੈ ਜੀ, ਉਹਦੇ ਵਿੱਚ ਮੈਪ ਲੋਕੇਸ਼ਨ ਵੀ ਆ ਜਾਂਦੀ ਆ ਐਗਜੈਕਟਲੀ ਕਿ ਜਿਹੜਾ ਬੰਦਾ ਉਹ ਕਿੱਥੇ ਘੁੰਮ ਰਿਹਾ। ਹਾਰਡਲੀ ਜੇ ਫਰਕ ਵੀ ਹੋਊਗਾ ਵੀ ਤਾਂ ਟਾਵਰ ਤੋਂ 50 ਜਾਂ 60 ਮੀਟਰ ਦਾ ਫਰਕ ਹੁੰਦਾ ਆ ਅਤੇ ਉਹਦੇ ਅਕੋਰਡਿੰਗਲੀ ਅਸੀਂ ਇਹਨੂੰ ਟਰੇਸ ਕੀਤਾ। ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਬਹੁਤ ਸਾਰੇ ਮੁਕੱਦਮੇ ਜਿਹੜੇ ਹੈਗੇ ਟਰੇਸ ਹੋ ਰਹੇ ਆ ਸਾਈਬਰ ਦੇ ਜਿਹੜਾ ਕ੍ਰਾਈਮ ਹੈਗਾ ਵਾ ਉਸ ਡਿਪਾਰਟਮੈਂਟ ਦੇ ਥਰੂ? ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਜੋ ਤੁਸੀਂ ਸਵਾਲ ਕੀਤਾ ਬਹੁਤ ਵਧੀਆ ਕੀਤਾ ਔਰ ਲੋਕੇਸ਼ਨ ਦੇ ਹਿਸਾਬ ਨਾਲ ਸਾਨੂੰ ਕਾਫੀ ਜਿਹੜਾ ਇਹਦਾ ਫਾਇਦਾ ਹੋ ਰਿਹਾ ਸੀ ਮੁਕੱਦਮੇ ਟਰੇਸ ਕਰ। ਹੁਸ਼ਿਆਰਪੁਰ ਤੋਂ ਅਸ਼ਮਨੀ ਕੁਮਾਰ ਸ਼ਰਮਾ ਦੀ ਰਿਪੋਰਟ।